टीन वे प्लास्कट वे पाटियां प्राणियां बोरियां पाटिया प्राणा टैटू बेज पाई लोहा वे टीन वे आई मड़ा एक मिनट रे आई 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 आ तकड़ी चक ले तेरी मल्ला आ जा वाड़ बेचनी हां हां आ जा किधर मार गया तू थैला लेने गया सी मैं आधा गीजर दिया बाबी हाँ हाँ मतलब गीजर नहीं गीजर कितने गीजर लगा था की पल्ला हाँ पहली हाँ पल्ला लगा था थोड़े और भी अलग रे कवाड़िया को हाँ 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 मतलब थोड़े और गुजरा लाऊं घर ना एक कवाड़िया हाँ गुजरा लाऊंगा अब बिच बाबे उधर चाबी पाने भी चक्की बैठे हैं ओ मल्ला तो है चाबी पाने तो की लेना तू अब दा लोहा ले जा ते पैसे दे तू तो होरे गल्ला मार लग गया मरे यार थोड़ी यार मैं लोया तू संद फेट बेच जाना बाबे ओ कान के लपतिया पत्ता संद फेट है रख बोला मैं कड़ा है रबड़ा रबड़ा की गल अब वो चंपक चंपक ना ही लार की धल्ले हुए ना ना बाबे मैं कड़ा उरी पहली बार आए तेनू पता तो है क्या ਚੱਕਦਾ ਇਹ ਹੋ ਗਿਆ ਮੈਨੂੰ ਲੱਗਦਾ 2 ਕਿਲੋ ਹੋ ਗਿਆ ਤੇਰਾ ਇਹ ਪੂਰਾ ਮੈਂ ਸਾਲਾ 2 ਕਿਲੋ ਹੀ ਹੋਇਆ ਮੇਰੇ ਯਾਰ ਹੈ ਆਪੀ ਤਾਂ ਕਹੀ ਜਾਣਾ ਤੂੰ ਕਿੱਲ ਪੱਤੀ ਆ ਮੈਂ 2 ਕਿਲੋ ਹੀ ਆ ਮੇਰੇ ਯਾਰ ਆਹੋ ਆਪੀ ਤਾਂ ਕਹੀ ਜਾਣਾ ਕਿੱਲ ਪੱਤੀ ਆ 2 ਕਿਲੋ ਹੀ ਹੋਇਆ ਤਾਂ ਕਿੱਲ ਪੱਤੀ ਕਰੀ ਕਿੰਨੇ ਰੁਪਏ ਦਾ ਹੋ ਗਿਆ 50 ਰੁਪਏ ਦਾ ਹੋ ਗਿਆ ਇਹ ਅੱਛ ਚੱਲ ਛੇਦੀ ਦੇ ਮੈਂ ਚੱਲਦਾ ਬਣ ਕੇ बाबे बट्टा दे केड़ा बट्टा आ जड़ा जेब च पाया था ये तेनी बड़ा शरारती बट्टा वैदरा है जेब जी पे गया ले बट्टा गानू शरारती तू शरारती शर्म कर ला तौली झाके ना तू चंगा मतलब चल तू फिर हां चल कबाड़िए कबाड़िए हाय ताजी लो ले लेगा ले लूं भाई कितना गई है का खासा अच्छा ये कितने आई बागज में आए चल देखा कर लेंगे चलो आया आया आहा गार्डर ने गए आहा हाँ ਕਿਆ ਫੁੱਟਨੇ ਇਹ ਫੋਟੋ ਦੇਖ ਲਾ ਤੇ ਸਾਹਮਣੇ ਨੇ ਕੀ ਰੇਟ ਲਾਏਗਾ ਰੇਟ ਤਾਂ ਲਾ ਲਾਂਗੇ ਤੂੰ ਦੱਸ ਬਾਈ ਤੇਰੀ ਚੀਜ਼ ਆ ਕਿਆ ਪੈਸੇ ਮੰਗਦੇ ਤੇ ਤੂੰ ਦੱਸ ਕੀ ਰੇਟ ਚੱਲਦਾ ਰੇਟ ਤਾਂ ਤੁਹਾਨੂੰ ਪਤਾ ਹੀ ਆ ਜੀ 25 ਚੱਲਦਾ ਜੀ 25 ਕਾਨੂੰ ਐਰਕ ਦਾ ਹਾਰਟ ਤੇ ਦਾ ਸਾਲਾ 30 ਮਿਲਦਾ ਅਬੇ ਸਾਨੂੰ ਨਹੀਂ ਨਾ ਹੀ ਵੱਧਦਾ ਦੇਖ ਲਾ ਲਾ ਯਾਰ ਯਾਰ ਜੇ ਤੇਰੇ 30 ਨੂੰ ਲੈ ਗਿਆ ਮੈਨੂੰ ਤਾਂ ਬਾਈ ਬਚਣਾ ਨਹੀਂ ਕੁਛ ਯਾਰ ਮੈਂ ਵੀ ਤਾਂ ਆਪਦੀ ਦਿਹਾੜੀ ਤੈਨੂੰ ਪਤਾ ਕੱਢਣੀ ਹੁੰਦੀ ਹੈ ਦੇਖ ਲਾ ਯਾਰ ਜੇ ਤਾਂ ਪੁੱਗਦਾ ਬਾਈ 25 ਲੈ ਜਾਂਦਾ ਯਾਰ ਚੱਲ ਐਂ ਕਰ 26 ਲਾ ਲਾ
ਚੱਲ 26 ਨੂੰ ਲਾ ਲੈਣਾ ਯਾਰ ਚੱਲ ਐਂ ਕਰ ਪਵਾ ਬਾਈ ਫਿਰ ਹੱਥ ਬੰਦੇ ਦਾ ਕੱਦ ਕਾਠ ਦੇਖ ਕੇ ਗੱਲ ਕਰੀ ਦਿੰਦੀ ਹੈ ਜੇ ਮੈਂ ਆਪ ਹੀ ਹੱਥ ਪਾਉਣ ਵਾਲਾ ਹੁੰਦਾ ਮੈਂ ਸੁਣਾਵ ਨਾ ਵੇਚ ਆਉਂਦਾ ਇਹਨਾਂ ਨੂੰ ਬਾਈ ਯਾਰ ਐਂ ਕਾਹਤੂੰ ਕਰਦਾ ਯਾਰ ਮੈਂ ਕਿੱਥੋਂ ਚੱਕ ਲੂੰ ਯਾਰ ਇਹ ਇਕੱਲਾ ਬਾਈ ਮੈਥੋਂ ਨਹੀਂ ਬਾਈ ਧਰੀਆਂ ਜਾਣੀ ਇਹ ਰੇਹੜੀ 'ਚ ਪਵਾ ਲਾ ਯਾਰ ਹੱਥ ਐਂ ਕਾਹਤੂੰ ਕਰਦਾ ਯਾਰ ਨਾ ਕੋਈ ਬੰਦਾ ਦਿੰਦਾ ਯਾਰ ਉਹਦੇ ਲਾਗੇ ਤਾਗੇ ਬਾਈ ਬਣ ਕੇ ਪਵਾ ਹੱਥ ਯਾਰ ਚੱਲ ਯਾਰ ਹੋਰ ਐਂ ਕਾਹਨੂੰ ਕਰਦਾ ਫੜ ਲਾ ਸਿਰੇ ਨੂੰ ਲੋਹਾ ਭਾਰੀ ਆ ਬਾਈ ਕਦੋਂ ਲੈ ਦੀ ਬਾਈ ਇਹ ਇਹ ਹੋ ਗਿਆ ਹਫ਼ਤਾ ਕੁ ਛੇਤੀ ਕਰਨ ਵਾਲੇ ਬਾਈ ਨਾ ਆ ਜਾਏ ਕਿਤੇ ਅੱਗੇ ਕਰੀ ਬਾਈ ਥੋੜ੍ਹਾ ਜਿਹਾ ਬਸ ਬਸ ਬਾਅਦ 'ਚ ਕਰ ਦੂਜੀ ਚੱਕ ਲੈ ਹਾਂ ਬਾਈ ਚੁਕਾ ਕਰਾਂ ਜਰੀਆਂ ਹੀ ਪਈਆਂ ਨੇ ਬਾਈ ਹੁਣ ਤਾਂ ਹਨਾ ਜਰਨੀ ਨੇ ਹੁਣ ਮੀਂਹ ਪਈ ਜਾਂਦੇ ਨੇ ਲੈ ਬਾਈ ਉੱਤੇ ਤਰ੍ਹਾਂ ਹੀ ਚੰਗਾ ਤਾਂ ਗਏ ਛੱਡ ਦੇ ਲੈ ਬਾਈ ਇਹਦਰ ਯਾਰ ਇਹ ਤੇਰਾ ਹੋ ਗਿਆ ਯਾਰ ਲੋਹਾ ਛੇਤੀ ਮਾਰ ਬਾਈ ਸੌਦਾ ਬਾਈ ਇਹ ਯਾਰ 35 ਕੁ ਕਿਲੋ ਲੋਹਾ ਬਾਈ ਤੇਰਾ ਤੂੰ ਲਾ ਲਾ 26 ਦੇ ਹਿਸਾਬ ਨੂੰ 35 ਤੋਂ ਵੱਧ ਹੋਣਾ ਯਾਰ ਦੇਖ ਲੈ ਨਾ ਯਾਰ ਤੈਨੂੰ ਪਤਾ ਆ ਬਾਈ ਲੋਹੇ 'ਚ ਹੀ ਰਹਿਣਾ ਸਾਰਾ ਦਿਨ ਹੈ ਚਾਹ ਇਹਦੇ ਕੰਡੇ 'ਤੇ ਲੈ ਚੱਲਦੇ ਆ ਨਾ ਨਾ ਚੱਲ ਛੇਤੀ ਗੱਲ ਫਿਰ ਕਾਲੀ ਗੱਲ ਤੇਰਾ ਹੋ ਗਿਆ 35 ਦੇ ਹਿਸਾਬ ਨੂੰ 26 910 ਰੁਪਏ ਬਣ ਗਏ ਬਾਈ ਤੇਰੇ ਯਾਰ ਲੈ ਫੜਾ ਯਾਰ ਸਸਤੀਆਂ ਲਾ ਗਿਆ ਵੈਸੇ ਲੈ ਬਾਈ 900 ਬਾਈ ਜੀ ਚੱਲ ਚੰਗਾ ਬਾਈ ਫਿਰ ਠੀਕ ਆ ਬਾਈ ਗਾਡਰ ਕਿੱਥੇ ਗਏ ਹੋ ਕਿੱਥੇ ਰੱਖਤੇ ਪਤੰਦਰਾਂ ਨੇ ਉਰੇ ਤਾਂ ਪਏ ਸੀ ਯਾਰ ਕਿੱਥੇ ਰੱਖਤੇ ਘਰੇ ਤਾਂ ਨਹੀਂ ਲੈ ਗਏ ਕਿਤੇ ਕਰੀ ਜਾਣਾ ਯਾਰ ਇੱਕ ਮਿਸਤਰੀਆਂ ਨੇ ਤਾਂ ਪਾ ਰੱਖਿਆ ਕਾਲੀ ਕਰੀ ਜਾਂਦੇ ਨੇ ਇਹਨਾਂ ਨੇ ਗਾਡਰ ਪਤਾ ਨਹੀਂ ਕਿੱਥੇ ਰੱਖਦੇ ਮੋਦੀ ਨੇ ਲਾ ਦੇ ਬਈ ਵੇਚਣਾ ਮੋਦੀ ਜਮੀ ਵਿਕੇ ਜਾਂਦਾ ਸਭ ਕੁਛ ਉਹਦਾ ਮੰਦਲਾ ਹਾਲ ਆ ਹੁਣ ਨੀ ਮੁਸ਼ਕਲ ਆ ਕੰਮ ਦੁਬਾਰੇ ਜਾਣਾ ਪਊ ਦਿੱਲੀ ਹੋਰ ਹੋਰ ਏਕਾ ਕਰਨ ਫੇਰ ਬਣੂ ਗੱਲ ਮਿਸਤਰੀ ਹੜਾ ਕਰੀ ਜਾਂਦਾ ਮੋਟਰ ਦਾ ਕੋਠਾ ਪਾਉਣਾ ਗਾਡਰ ਨੀ ਲੱਭ ਰਹੇ ਕਿੱਥੇ ਨੇ ਉਹ ਕਿਤੇ ਤੂੰ ਉਹੀ ਗਾਡਰਾਂ ਦੀ ਗੱਲ ਤਾਂ ਨੀ ਕਰਦਾ ਉਹਨੇ 12-12 ਫੁੱਟ ਤੇ ਦੋ ਜਵਾਕਾਂ ਨਾਲ ਖੇਡਦਾ ਮੇਰਾ ਪੁੱਤ ਗਾਂਧੀ ਪੈਸਣ ਲਿਆ ਕੇ ਪਿਓ ਨੂੰ ਪੁੱਛ ਲਾ ਹੈ ਸਕੂਲ ਬੰਦ ਕਰ 370
ਪੁੱਤਾਂ ਦੀ ਸਾਰੀ ਪੜ੍ਹਾਈ ਖਰਾਬ ਕਰਤੀ। ਹੋਰ ਔਖਾ ਹੋ ਗਿਆ, ਇਹ ਤਾਂ ਸਾਰੀ ਅਨਪੜ੍ਹ ਰੱਖਤੇ। ਉਹ ਮੇਰੇ ਸਾਲ ਦਾ ਬੁੱਲ ਵੱਢਿਆ ਪਿਆ ਯਾਰ, ਘਰੇ ਖਾਵਾਂਗੇ। ਐਂ ਚੱਕਰਾ, ਹੁਣ ਕੁੜੀ ਹੈਗੀ ਉਹ ਫੋਨ ਕਰੀ ਜਾਂਦੀ ਆ, ਕਹਿੰਦੀ ਪਾਪੇ ਆਇਓ। ਵਾ ਪਾਪਾ ਬਈ ਕਿੱਥੋਂ ਆਏ? ਹਾਂ ਸਾਰੀ ਕਬੀਰ ਦਾਈ ਨੂੰ ਲਵਿਆ ਹੈ। ਹੋਰ ਰਹੇ ਮਹਾਂ ਪਜਾਮਾ ਸਿਉਂਦੇ ਮੈਂ ਘਰੇ ਕਿਸੇ ਨੂੰ ਕਾਹਨੂੰ ਮੰਨਦੀ ਆ ਬਈ, ਔਖਾ ਹੈ। ਹੋਰ ਯਾਰ ਮੇਰਾ ਤਾਂ ਬੜਾ ਔਖਾ ਹੋਇਆ ਵਾ, ਮੁੰਡਾ ਲੰਘ ਜਾਂਦਾ ਘਰੋਂ। ਉਹ ਆ ਗਿਆ ਜੀ, ਪਤਾ ਨਹੀਂ ਕਿਹੜਾ ਗਾਡਰ ਲੈ ਗਿਆ, ਕੱਲ੍ਹ ਲੈ ਕੇ ਆਇਆ ਸੀ ਮੈਂ। ਹੋਰ ਯਾਰ ਬਸ ਆ ਗਿਆ ਜੀ, ਆ ਗਿਆ ਪੰਜ ਮਿੰਟ 'ਚ ਆ ਗਿਆ ਜੀ, ਆ ਗਿਆ। ਉਹ ਕਿੱਧਰ ਉਲਟਿਆ ਫਿਰਦਾ? ਉਹ ਤਾਇਆ ਕੋਈ ਗਾਡਰ ਲੈ ਗਿਆ ਘਰੋਂ, ਕੱਲ੍ਹ ਲੈ ਕੇ ਆਇਆ ਸੀ ਮੈਂ ਪੁਰਾਣੇ। ਗਾਡਰ ਲੈ ਗਿਆ? ਉਹ ਹੋਰ ਆਪਣੇ ਬਾਗਲੇ 'ਚ ਪਏ ਸੀ, ਹੁਣ ਧਿਆਨ ਹੀ ਰਹੇ। ਉਹ ਗਾਡਰ ਤਾਂ ਇੱਥੋਂ ਦੀ ਇੱਕ ਕਬਾੜੀਆਂ 'ਚ ਲੰਘਿਆ, ਉਹ ਤੇਰੀ ਫਿਰਦਾ ਸੀ ਦੋ ਗਾਡਰ ਪੁਰਾਣੇ। ਹਾਂ ਕਿੱਧਰੋਂ ਗਿਆ ਤਾਇਆ ਪਤਾ ਤੈਨੂੰ? ਐਨੂੰ ਲੰਘਿਆ ਬਈ, 20 ਮਿੰਟ ਹੋਏ ਨੇ। ਚੱਲੀਏ ਤਾਇਆ ਫਿਰ, ਆਪਾਂ ਬੈਠੇ ਆ ਮਾੜਾ ਜਿਹਾ। ਲੈ ਬਹਿ ਜਾਣਾ ਮਾਲਕ। ਹੋਰ ਮੇਰੇ ਤਾਂ ਮਿਸਤਰੀ ਗੱਲ ਪਏ ਫਿਰਦੇ ਨੇ, ਕਿਹਨੇ ਚ ਕਰਦੇ ਆ ਇਹ? ਪਤਾ ਨਹੀਂ, ਉਹਦਾ ਛੱਤ ਪਾਉਣ ਕੰਨੀਓ ਖੜੇ ਨੇ। ਆਉਣਾ ਸੱਤਰ ਬੇਟ, 3 ਬੇਟ, ਪਲਾਸਟਿਕ ਬੇਟ, ਪਾਟਿਆ ਪ੍ਰਾਣਿਆ ਟੈਟੂ ਬੇਟ ਭਾਈ। ਤੱਪੂ ਹਾਈ, ਰੁਕ ਜਾ ਹਾਈ, ਕਰੇ ਆ ਕੇ ਜੀ ਸਮਾਨ ਪਿਆ ਆਪਣੇ ਵੇਚਣ ਵਾਲਾ। ਕੀ ਵੇਚਣਾ ਜੀ? ਭਾਰੀ ਸਮਾਨ ਆ। ਅੱਛਾ ਜੀ, ਭਾਰੀ ਸਮਾਨ ਆ। ਬੇਚੇ ਨੇ ਜੀ ਮੈਂ ਤਾਂ ਬੇਚੇ ਨੇ ਮੈਂ ਪੈਸੇ ਵੀ ਦੇ ਕੇ ਆਈ ਉਹਨਾਂ ਨੂੰ ਜੀ ਕਿਹਨੇ ਵੇਚੇ ਨੇ ਤੈਨੂੰ? ਬੁੜੇ ਜਿਹੇ ਨੇ ਵੇਚੇ ਨੇ ਬਈ, ਕੌਣੇ ਵੇਚੇ ਨੇ? ਮੁੰਡੇ ਜਿਹੇ ਨੇ ਮੈਂ ਤਾਂ ਹੀ ਅਬੇ ਛੁੱਡਿਆ ਨੇ ਕਰਤਾ ਕੰਮ, ਮੈਨੂੰ ਵੀ ਇਹੀ ਲੱਗਦਾ ਤਾਇਆ। ਚੱਲ ਆ ਜਾ ਫਿਰ, ਤੂੰ ਮੰਗ ਰਹੀ ਆ ਜਾ ਕਰਾ ਹੈ। ਲੈਣੇ ਨੇ ਜੀ ਹੁਣੇ, ਲਵਾਂ ਲੈ ਤੂੰ ਮੰਗ ਰਾ। ਠੀਕ ਹੈ, ਹੋਰ ਆ ਜਾ ਮੱਲ ਬਣ ਕੇ ਮੰਗ ਲਿਆ, ਮੋੜ ਚੱਲ ਮੋੜ ਲਿਆ, ਹੋਰ ਆ ਜਾ ਆ ਜਾ ਆ ਜਾ ਕਰਾ। ਦੇਖੀ ਬਈ ਡੱਠਾ ਜਾਣਾ ਮਾਰੇ ਇੱਧਰ ਨੂੰ ਕਰ ਲਾ। ਹੋਰ ਪਾਟਿਆ ਪ੍ਰਾਣੀਆਂ ਬੋਰੀਆਂ ਪਾਟਿਆ ਪ੍ਰਾਣਾ ਟੈਟੂ ਵੇਚ ਪਈ। ਉਹ ਆ ਜਾ ਹੁਣ, ਆ ਜਾ ਅੰਦਰ ਆ ਜਾ। ਪਤਾ ਗੱਲੀ ਕਰਨੀ ਹੈ, ਉਹ ਬਾਲਾ ਵੱਢਣੀ ਮੱਲਾ। ਆ ਜਾ ਘਬਰਾਣ ਨਾ। ਹੋਰ ਆ ਜਾ ਭਾਈ ਨੰਗਾ, ਬੰਦਾ ਕਿੱਲ ਪੱਤੀ ਵੇਚਦੇ 10 ਗਾਡਰ ਵੇਚਦੇ ਹੈ ਕਵਾੜੀਏ। ਉਹ ਨਾ ਖੜ ਜਾ, ਪਰਸੋਂ ਦੀ ਮੈਨੂੰ ਡਿਸ ਵੀ ਨੀ ਦੀਦੀ, ਤੁਹਾਡੇ ਚੋਂ ਤਾਂ ਨੀ ਵੇਚੀ ਕਿਸੇ ਨੇ? ਨਾ ਨਾ ਨਾ, ਮੈਂ ਮੂੰਹ ਨੀ ਵੇਚੀ ਪੁੱਤ, ਆ ਖੜਾ ਕਵਾੜੀਆ ਪੁੱਛ ਲਾ। ਟਾਟਾ ਸਕਾਈ ਦੀ ਤੀ? ਹਾਂ ਉਹੀ ਸੀ। ਵੇਚੀ ਆ ਓਏ? ਉਹ ਵੀ ਉਹ ਬਾਈ ਨਹੀਂ ਵੇਚੀ ਆ ਜੀ, ਵੀ ਵੇਚਦੀ। ਉਹ ਕਾਹਨੂੰ ਮੱਲ, ਜਵਾਕ ਖੜ ਜਾ, ਪਿਆਰ ਨਾਲ ਪੁੱਛਾਂਗੇ ਕਿਉਂ ਵੇਚੀ ਦੀ ਮੱਲ ਤਾਂ। ਐਪਲ ਚ ਪੈਸੇ ਘੱਟਦੇ ਸੀ, ਕਿਹੜਾ ਐਪਲ? ਆਹੋ ਘਰ ਵੇਚ ਦੋ, ਦੇਖ ਲੈ ਮਿੰਟੇ ਪੁੱਤ ਹੈ,
ਬੰਦਾ ਕਿਲੋ ਪੱਤੀ ਵੇਚਦੇ ਹਨਾ ਨਿੱਕੀ ਜੀ ਗੱਲ ਹੈ, ਕਦੇ ਗਾਡਰ ਵੇਚਦੇ ਨੇ ਕਦੇ ਡਿਸ਼ਾਂ। ਹੁਣ ਕਵਾੜੀ ਕਿਲੋ ਪੱਤੀ ਦੀ ਕਿੱਡੀ ਕੇ ਗੱਲ ਹੁੰਦੀ ਹੈ, ਉਹਦਾ ਕਿੱਡੀ ਕਾ ਭਾਈ ਕਿੱਡੀ ਕਾ ਹੈ। ਹੋਰ ਹੋਰ ਚੱਲ ਕੋਈ ਨਾ ਮਿੰਟ ਪੁੱਤ ਨਿਆਣਾ ਭਾਈ ਗੱਲ ਸੁਣ, ਹਾਥੀ ਦੀ ਪੈਰ ਚ ਸਾਰੀਆਂ ਬੜਾ ਜਾਂਦੀਆਂ ਨੇ, ਮੱਲ ਇਹਨਾਂ ਨੇ ਪਾਉਣਾ ਕੋਠਾ ਮਿਸਤਰੀ ਲੱਗ ਰਿਹਾ, ਤੂੰ ਮੋੜ ਜਾ ਵੀਰ ਗਾਡਰ ਇਹਨਾਂ ਦੇ। ਮੈਂ ਕਿਹੜਾ ਜੀ ਇੱਥੇ ਚੋਰੀ ਛੁੱਪੇ ਲੈ ਕੇ ਗਿਆ ਜੀ, ਮੈਂ ਤਾਂ ਪੈਸੇ ਦੇ ਕੇ ਲੈ ਕੇ ਗਿਆ ਜੀ, ਕਹਿੰਦਾ ਫਿਰ ਹੁਣ ਮੈਂ ਮੋੜ ਮੜੀਏ ਤੀ ਰਹਿ ਗਿਆ ਜੀ। ਉਹ ਤਾਂ ਗੱਲ ਬਾਈ ਤੇਰੀ ਠੀਕ ਹੈ, ਮੈਂ ਤੇਰੇ ਮੂਹਰੇ ਹੱਥ ਬੰਨਦਾ, ਅਸੀਂ ਮੋਟਰ ਦਾ ਕੋਠਾ ਪਾਉਣ ਕੰਨੀ ਖੜਿਆ, ਮਿਸਤਰੀ ਤੜਕੇ ਦਾ ਹਲ ਹਲ ਕਰੀ ਜਾਂਦਾ ਬਾਈ। ਯਾਰ ਉਹ ਤਾਂ ਠੀਕ ਆ ਗੱਲ ਯਾਰ, ਮੈਂ ਬਾਈ ਤੁਸੀਂ ਜਿਹੜਾ ਟਾਈਮ ਖਰਾਬ ਕਰਾਇਆ ਯਾਰ, ਮੈਂ ਹੁਣ ਨੂੰ ਫੇਰੀ ਪਾਉਂਦਾ ਯਾਰ, ਮੈਨੂੰ ਮਾੜਾ ਮੋਟਾ ਕੁਛ ਬਣ ਜਾਂਦਾ ਯਾਰ। ਬਾਈ ਤੂੰ ਪੈਸੇ ਲੈ ਲਈ ਯਾਰ ਮੈਥੋਂ, ਹੋਰ ਦੱਸ ਤੂੰ ਗਾਡਰ ਧਰ ਜਾ ਬਾਈ। ਉਹ ਭਾਈ ਮੋੜ ਜਾ, ਮੈਂ ਵੇਚ ਦੂ ਘਰੋਂ ਆਪਦਾ ਜਿਹੜਾ ਹੈਗਾ ਹੈਗਾ, ਇਹਨਾਂ ਦਾ ਮੋੜ ਜਾ ਬਾਈ ਤੂੰ। ਚੱਲ ਪੈਸੇ ਦੇ ਜੀ ਫਿਰ, ਗਾਡਰ ਰੱਖ ਲਓ ਮੇਰੇ, ਤੇਰੀ ਬੌਣੀ ਕਰਾ ਦੂੰ। ਡਿਸ਼ ਦੇ ਜੀ ਨਾਲੇ ਗਾਡਰ ਧਰ ਜਾ, ਹੁਣ ਸਵੇਰੇ ਲੈ ਜੀ। ਹੋਰ ਮੱਲ ਲੈ ਮੇਰੇ ਲੜਾਈ, ਮੈਂ ਤੈਨੂੰ ਆਦਾ ਤੁਹਾਡੇ ਘਰੋਂ ਆਉਣੀ ਹਟ ਜੂਗਾ ਯਾਰ, ਐਵੇਂ ਦੋਸਤਾ ਮੇਰੀ ਯਾਰ ਦਿਹਾੜੀ ਮਾਰ ਦੇ, ਨਾਲੇ ਚਕਾਓ ਗਾਡਰ ਆ ਜੂ ਯਾਰ। ਓ ਮੱਲ ਉਹਨੂੰ ਲਿਆ ਓਏ ਸਾਦਕ, ਉਹ ਚਕਾਓ, ਉਹ ਚਕਾਓ। ਚਲੋ ਯਾਰ ਤੂੰ ਮੇਰੇ ਯਾ ਮੱਲਾ ਤੂੰ ਜਾ, ਮੈਂ ਤਾਂ ਬੁੜਾ ਸ਼ਰੀਨ ਆ, ਮੈਂ ਸੁਣਾ ਹੀ ਜਾਇਆ ਜਾਂਦਾ। ਆਲੋ ਬਈ ਆਲੋ ਯਾਰ ਚਕਾ, ਉਹ ਮੱਲ ਸਾਡੇ ਖੜੀਆਂ ਮਸ਼ੀਨ ਮੈਂ ਆਪ ਕਿਆ ਯਾਰ, ਓਏ ਇਹ ਤਾਂ ਬੌਲਾ ਬੌਲਾ ਤੇ ਵੇਚਤਾ, ਕੌਣ ਸਮਝਾਵੇ ਉੱਤੇ ਆ ਪਿਆ ਭਾਈ, ਸਮਾਂ ਹੈ ਹੀ ਨਹੀਂਗਾ ਹੁਣ ਤਾਂ, ਹੁਣ ਯਕੀਨ ਉੱਠ ਗਏ ਤੂੰ। ਇਹਦਾ ਵੱਡੇ ਭਾਈ ਕਰਕੇ ਚੱਲੀ ਜਾਂਦਾ ਇਹਨਾਂ ਦਾ, ਇਹਦਾ ਤੈਨੂੰ ਰਾਤ ਦੀ ਰੰਗ ਇਹਨੇ ਦਾ ਸੜੇ ਹੋਏ ਬੰਦੇ ਨੂੰ ਬਾਲਾ ਦੂਜੀ ਕਰ। ਹੋਰ ਇੱਥੇ ਲਾ ਦਿਓ, ਇੱਥੇ ਪੂਰੀ ਲਾ ਦੇ ਭਾਈ, ਪੂਰੀ ਲਾ ਦੇ। ਇਹਨਾਂ ਦਾ ਬਿੱਕਰ ਆ ਭਾਈ, ਬਿੱਕਰ ਜ਼ਰਾ ਬੁੜਾ ਆਦਮੀ ਆ, ਪਾਣੀ ਪਿਆ ਦੇ ਯਾਰ, ਪਾਣੀ ਪਿਆ ਦਿੰਦੇ ਆ, ਜਾ ਓਏ ਪਾਣੀ ਲੈ ਕੇ ਆ ਨਾ। ਹੁਣ ਤੂੰ ਆ ਗਿਆ, ਉਹ ਦੂਜੀ ਵੀ ਚਕਾ ਲਿਆਉਂਦਾ ਦੇ ਛੋਲੇ ਇਹਨੇ, ਆ ਵੀ ਉਰੀ ਲਾ ਦੀ ਮੱਲ। ਆਹ ਯਾਰ ਦੇਰੀ ਤੋੜ ਬੜੀ ਲੱਗਦੀ ਹੈ ਯਾਰ, ਚੱਲ ਮੱਲ। ਹਾਂ ਚੰਗਾ ਤਾਇਆ ਤੂੰ ਵੀ। ਹੋਰ ਭਾਈ ਤੇਰੇ ਦੀ ਖੜਿਆ ਦਾ ਘਰ ਇਹਦਾ, ਮੈਂ ਦੇਖ ਲਿਆ ਸੋਡੇ ਵਾਲਾ ਲੱਥ ਹੈ, ਬਸ ਤਾਇਆ ਤੈਨੂੰ ਪਤਾ ਹੀ ਹੈ। ਹਾਂ ਚੱਲ ਠੀਕ ਹੈ ਤਾਇਆ। ਹਾਂ ਠੀਕ ਆ ਬਾਈ, ਇਹਨੂੰ ਪੁੱਛਾਂ ਯਾਰ ਕਮਾਈ ਨੂੰ। ਉਹ ਭਾਈ ਮੱਲ ਰੁਕ, ਇਹਦਾ ਹੈਗੇ ਨੇ ਜਿਹੇ ਬੌਲੇ ਹੈਗੇ ਨੇ, ਤੂੰ ਮੇਰੀ ਗੱਲ ਸੁਣ। ਆ ਰਾਤ ਆਪਣੇ ਟੋਬੇ ਲਵੇ ਨਲਕਾ ਖੜਿਆ, ਭਾਰ ਆਏਗਾ ਵਧੀਆ, ਕੀ ਰੁਪਈਏ ਰੇਟ ਲਵੇਗਾ ਉਹਦਾ? ਸਰਕਾਰੀ ਨਲਕਾ ਬਾਬੇ, ਮੈਂ ਦੋ ਨੰਬਰ ਕੰਮ ਨਹੀਂ ਕਰਦਾ ਹੈਗਾ ਨਾ, ਇਹਨਾਂ ਨੂੰ ਕਿਤੇ ਰਸੀਦ ਕੱਟ ਕੇ ਦਿੱਤੀ ਤੇ ਦੋ ਨੰਬਰ ਨੂੰ ਦੇਖ ਲੈ, ਨਾਲ ਮੈਨੂੰ ਗਾਡਰੀਆਂ ਚਕਾਤੀਆਂ, ਨਾਲੇ ਮੇਰੀ ਸਾਰੀ ਦਿਹਾੜੀ ਖਰਾਬ ਕਰਤੀ ਯਾਰ, ਮੈਂ ਤੁਹਾਡੇ ਪਿੰਡ 'ਚ ਆਉਣਾ ਬੰਦ ਕਰੂੰਗਾ ਬਾਈ, ਤੁਹਾਡੇ ਹੈ ਨਹੀਂ ਬੰਦੇ ਚੱਜ ਦੇ, ਤੂੰ ਤਾਂ ਆਪ ਭੈਣ ਦੀ ਕਲਸ਼ਣ ਹੈ, ਦੇਖ ਲਾ ਓਏ। ਕੀ ਯਾਰ ਸਾਰੀ ਦਿਹਾੜੀ ਖਰਾਬ ਹੋ ਗਈ, ਅੱਜ ਕੁਛ ਬੱਤਿਆ ਨਹੀਂ ਯਾਰ, ਭੋਲਾ ਕਹਿੰਦਾ ਤੀ ਭੋਲੇ ਦੀ ਵਾਗ ਚੱਲਦੇ ਆ, ਲੈ ਕਹਿੰਦੀ ਭਾਰੀ ਲੋਹਾ ਵਾ, ਉਸੇ ਦੀ ਵਾਗ ਚੱਲਦੇ ਯਾਰ। ਲੋਹਾ ਵੇ, ਟੀਨ ਵੇਚ, ਪਲਾਸਕਟ ਵੇਚ। ਜਸ ਹਾਂਜੀ ਪਾਪਾ, ਪਾਣੀ ਲੈ ਗਿਆ ਆਏ ਪਾਪਾ। ਪਾਪਾ ਜੀ ਲੋ ਕੀ ਆ ਹੈ? ਪਾਣੀ ਜੀ, ਜੱਗ ਲੈ ਗਏ ਨਾਲ। ਆਪ ਤਾਂ ਮੇਰੇ ਮੱਥੇ ਮਾਰ ਗਈ, ਤੁਰ ਗਈ ਉਰੋਂ, ਮੈਥੋਂ ਤਾਂ ਮੇਰੇ ਦਰੂ ਦਾ ਖਰਚਾ ਨਹੀਂ ਤੁਰਦਾ, ਇਹਨੂੰ ਦੱਸ ਕਿੱਥੋਂ ਮੈਂ ਪਾਲਦਾ। ਪਾਪਾ ਜੀ ਰੱਖ ਦਿਓ ਰੇ, ਇਹਨੂੰ ਮੇਰੇ ਸਿਰ ਤੇ ਰੱਖੇਗੀ। ਪਾਪਾ ਜੀ ਸਾਡੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ? ਪਾਪਾ ਜੀ ਮੇਰੇ ਨਾ ਮੈਡਮ ਤੋਂ ਰੋਜ਼ ਡਾਂਟ ਪੈਂਦੇ ਆ, ਮੈਨੇ ਇੱਕ ਬੁੱਕ ਲੈਣੀ ਸੀ। ਕਿਹੜੀ ਬੁੱਕ? ਮੇਰੇ ਤੋਂ ਤਾਂ ਆਪਦਾ ਦਾਰੂ ਦਾ ਖਰਚਾ ਨਹੀਂ ਤੁਰਦਾ, ਤੈਨੂੰ ਬੁੱਕ ਕਿੱਥੋਂ ਲੈ ਕੇ ਦੇ ਦਾਂ, ਲੋੜ ਨਹੀਂ ਹੈਗੀ ਪੜ੍ਹਨ ਦੀ, ਘਰੇ ਬਹਿ ਜਾ ਚੁੱਪ ਕਰਕੇ। ਘਰ ਲੱਗਦਾ ਮਿਲਦਾ ਯਾਰ ਭੋਲੇ ਦਾ। ਭੋਲੇ ਭੋਲੇ ਬਾਈ,
हाँ भाई बोले हाँ। कबाड़ कहना थी भाई कबाड़ हाँ आ गया तू हाँ भाई रेडी ले आया मैं भाई अंदर हाँ ले अंदर ले जोखा जाना नहीं दस दो यार चार सौ रुपए का लगता जी लिया ले भाई 400 रुपए का भाई है 400 है भाई अंकल जी आप भी ले लो एक आ तो बेच दिया बत्तू अंकल जी बस तो सी ले लो मैंने ये पैसे थे तो पैसे ने की करना पुत्ता है हैं अंकल जी ओ मैं बुक्स लेनी है सी अच्छा किताबा लेनिया ने तो भाई दबा देंगे यार बेचारी किताबा किड्डी वड्डी सोचा देख यार कुड़ी दी पढ़ना चाहती है पढ़ के दस ने कड़ा डीसी लगना ले पर कही जी गल करदा यार भाई तू कुड़ियां की डीसी नहीं लग सकदियां पढ़ के आ भाई मैं मेहनत मजदूरी करदा मेरे दो कुड़ियां ने एक तो पीसीएस की तैयारी कर रही है तो दूजी डाक्टरी का कोर्स कर रही है कुड़ियों का बगाना तुम होंगे ने पढ़ा लिखा के नोक लग इन्हों मैं करूँ जान गए आखिर बगाने घर कि घटिया सोच है भाई तेरी आने तेरी कुड़ी की सोच देख लै कि वधिया ओ भाई जे कल कला नूं पढ़ लिख कोई वड्डी अफसर नहीं बन गई सहारा तो तेरी बनू सहारा ओए बोझ आ बोझ आ सारी उम्र बोझ रहू बोझ जे भाई तेनू ये बोझ लगते ना तो तेरी धीनू मैं लै जाना जिथे मैं दो पालिया ने उत्थे इनू पाल लूँ मैं लै जा देख लो भाई तेरी कुड़ी तेरे बारे कितना सोच रही है पापा जी मैं सोडा बोझ नहीं मैं सोडा सहारा बनू मैं सोडी हर तकलीफ दूर करा बस तुसी ठीक है पुत आ चक तेरे मैडल लै ना बेच आ लै तेरे किताबों पैसे लै मेरा पुत खुश हूँ पढ़ ला चंगा पुत जा पुत गलती होगी भाई अखा खुल गया मेरिया भाई यार मैं कौन हूं तेन माफ करने वाला जो सवेर का भुलिया हुआ बंदा शाम को घर आ जाए ना तो उन्होंने भुलिया नहीं कहते चल चंगा भाई मैं चलता चंगा भाई लोहा बेच टीन बेच प्लास्कट बेच पाटिया प्राणिया टायर टूप बेच भाई लोहा बेच टीन बेच प्लास्कट बेच पाटिया प्राणिया टायर ट्यूब बेच भाई।